लख रुपये वाला कबाड़ चो लेता हुआ ट्रैक्टर है, देखो धूड़ा पट्टी रह जाता धूड़ा। ਇਹ ਕੀ ਕੀ ਰੇਂਜ 'ਚ ਪੈ ਗਿਆ ਸੀ ਉਦੋਂ ਜੀ? ਇਹ ਸਾਨੂੰ ਪੈ ਗਿਆ ਜੀ 5.5 ਲੱਖ ਰੁਪਏ ਦੀ। 5.5 ਲੱਖ ਰੁਪਏ ਦੇ ਵਿੱਚ ਦੋਸਤਾਂ ਦੂਜੇ ਗੇਅਰ ਦੇ ਵਿੱਚ ਚੱਲ ਰਿਹਾ ਟਰੈਕਟਰ, ਦੂਜੇ ਲੋ ਜਾ नब्बे आस पास लवेंगे 10 लाख का ट्रैक्टर आऊगा। ठीक है जी, ये सानू 3 लाख तो भी घट रह गया, बस दिल्लियों तैयार कराया। अच्छा दिल्लियों लिया है? हाँ जी, R&D वाला ना ट्रैक्टर नवे तो 90+ करता इन असी। अच्छा 90+ हो गया जी, बाकी गेयर गूर सारा नवा बिच गुलाड़ी। हाँ जी दोस्तों सत श्री अकाल, मैं तुहाडा अपना दीप अंधेरा। सो अज एक नवी वीडियो लैके तुहाडे लई हाजिर होए हां, बहुत ही सोहनी वीडियो है। बाइया ने महिंद्रा 575 ट्रैक्टर DI तैयार किया, 90+ हाउस पावर ट्रैक्टर की बनाई आ, तो ये की मोडिफिकेशन की वीर ने उदी भी अपना जानकारी बाइया तो लवेंगे। तो एक इधर मैसी ट्रैक्टर, इन्हों का बाइया बहुत ही शौक है जोड़े मैसी ट्रैक्टर ने गे। ठीक है, आप इस टाइम खड़े हाँ बाई चरणजीत सिंह दे घर पिंड भलेरिया जिला श्री मुक्तसर साहब तो मलोट के जमा नज़दीक है दोस्तों। तो हूँ आप बाइया गलबात करते हैं। हाँ जी बाई जी, सत श्रीकाल जी। होर बाई जी ठीक है? तो जिहड़ा अपना आह ट्रैक्टर तैयार करवाया तुसीं, हाँ जी हाँ जी, इहदे विच की मोडिफिकेशन कीती आ? इहदे जी आइशर कंटर 1110 दा आउंदा प्रो इंजन। अच्छा 135 HP दा। अच्छा वो इहदे च रख्या सी। ठीक है, 575 च। ठीक है, इहदा सिर्फ हाउस पावर ही इहदी वधाई आ, होर कुछ नहीं, ज्यादा मोडिफिकेशन नहीं कीती। अच्छा जिवें आ मैं 90+ करता इहनूं असीं। अच्छा 90+ हो गई जी, बाकी इहदा गेयर गूर सारा नवां विच ਗਲਾਰੀਆਂ ਲੂੜੀਆਂ ਸਾਰੀਆਂ ਨਵੀਆਂ ਪਾਤੀਆਂ ਨੇ। ਇਹ ਕੀ ਮਤਲਬ ਤੁਹਾਡੇ ਦਿਮਾਗ ਦੇ ਵਿੱਚ ਇਹ ਆਈਡੀਆ ਆਇਆ ਕਿਵੇਂ? ਛੋਟਾ ਟਰੈਕਟਰ ਨੂੰ ਵੀ ਵੱਡੇ ਹਾਸ ਪਾਵਰ ਕਰਕੇ ਦੇ ਵੀ ਵੱਡੇ ਟਰੈਕਟਰ ਦਾ ਕੰਮ ਲੱਗੀ, ਛੋਟੇ ਟਰੈਕਟਰ ਤੋਂ ਦੇ ਘੱਟ ਪੈਸੇ ਨਾਲ। ਅੱਛਾ ਮਤਲਬ ਵੀ ਘੱਟ ਖਰਚਾ, ਜੇ 90 ਹਾਸ ਪਾਵਰ ਲਵਾਂਗੇ 10 ਲੱਖ ਦਾ ਟਰੈਕਟਰ ਆਊਗਾ। ਠੀਕ ਹੈ ਜੀ, ਇਹ ਸਾਨੂੰ 3 ਲੱਖ ਤੋਂ ਵੀ ਘੱਟ ਰਹਿ ਗਿਆ ਦੋਸਤੋ। 3.5 ਲੱਖ ਰੁਪਈਆ ਬਾਈ ਕਹਿੰਦੇ ਸਾਡਾ ਇਸ ਤੇ ਸਿਰਫ 3.5 ਲੱਖ ਰੁਪਈਆ ਲੱਗਾ ਤੇ ਕੰਮ ਇਹ 10 ਲੱਖ ਵਾਲੇ ਤੋਂ ਵੀ ਵੱਧ ਕਰ ਰਿਹਾ। ਤੁਸੀਂ ਇੰਜਣ ਦੀ ਕੁਆਲਿਟੀ ਦੇਖੋ, ਇੰਜਣ ਦੇਖਣ ਵਾਲੀ ਚੀਜ਼ਾਂ, ਤੇ ਜਿਵੇਂ ਬਾਈਆਂ ਨੇ ਪੈਰਦਾਨ ਲਾਏ ਨੇ, ਪੈਪਾਂ ਪੂਪਾਂ ਸੈੱਟ ਕੀਤੀਆਂ ਨੇ, ਜਮਾ ਐ ਲੱਗਦਾ ਜਾਂ ਵੀ ਜਮੀ ਨਵਾਂ ਟਰੈਕਟਰ ਆ। ਬਾਕੀ ਜਿਹੜਾ ਤੁਸੀਂ ਆਹ ਦੇਖ ਰਹੇ ਹੋ ਇੰਜਣ ਇਹਦੇ 'ਚ ਜਿਹੜਾ ਧਰਿਆ ਆਈਸਰ ਦਾ ਧਰਿਆ ਗਿਆ, ਇਹ ਜਿਹੜਾ ਆਪਣਾ ਟਰੱਕ ਹੁੰਦਾ ਆਈਸਰ ਵਾਲਾ, ਹੈ ਨਾ ਕੈਂਟਰ, ਕੈਂਟਰ ਵਾਲਾ ਰੱਖਿਆ ਹੋਇਆ। ਅਤੇ ਮਗਰਾਟ ਵੀ ਬਾਈਆਂ ਨੇ ਜਿਹੜੇ ਸ਼ੋਅ ਤੌਰ 'ਤੇ ਲਾਏ ਹੋਏ ਨੇ, ਇਹ ਮੈਸੀ ਵਾਲੇ ਲਾਏ ਹੋਏ ਨੇ, ਕਿਉਂਕਿ ਮੈਸੀ ਟਰੈਕਟਰ ਦਾ ਬਾਈਆਂ ਨੂੰ ਸ਼ੌਂਕ ਹੀ ਬਹੁਤ ਆ। ਅਤੇ ਬਾਈ ਇੱਕ ਜਿਹੜੀ ਗੱਲ ਹੈ ਵੀ ਮੈਸੀ ਟਰੈਕਟਰ ਦਾ ਤੁਹਾਨੂੰ ਸ਼ੌਂਕ ਇਹ ਕਦੋਂ ਤੋਂ ਹੈ, ਇਹ ਕਿਹੜੀ ਗੱਲ ਤੋਂ? ਜਦੋਂ ਬਾਈ ਜੀ ਮੈਂ ਆਪਦੀ ਹੋਸ਼ ਸੰਭਾਲੀ, ਖੇਤੀਬਾੜੀ ਕਰਨ ਲੱਗੇ ਹਾਂ। ਹਾਂਜੀ, ਪਹਿਲਾ ਟਰੈਕਟਰ ਮੈਸੀ ਲਿਆ ਸੀ 241। ਅੱਛਾ 2000 ਤੋਂ ਬੰਦਾ 20 ਸਾਲ ਦਾ ਹੁੰਦਾ ਜਦੋਂ ਸ਼ੁਰੂ ਕਰਦਾ ਆਪਾਂ। ਹਾਂਜੀ, ਅਤੇ ਉਦੋਂ ਅਸੀਂ ਪਹਿਲੇ ਮੈਸੀ ਟਰੈਕਟਰ ਲਿਆ 241, ਉਦੋਂ ਬਾਅਦ 3-4 ਟਰੈਕਟਰ ਰੱਖੇ, ਮੈਸੀ ਰੱਖੇ ਸੀ। ਅੱਛਾ ਮੈਸੀ ਵੀ ਰੱਖੇ, ਮੈਸੀ ਰੱਖੇ, ਹੁਣ ਵੀ ਮੈਸੀ ਵੀ ਖੜੇ ਨੇ ਦੇਖੀ ਨੇ, ਦੋਵੇਂ ਮੈਸੀ ਆਉਣਗੇ। ਕੱਲਾ ਐਸਰ ਵਾਲਾ ਦਾ ਹੈਗਾ ਮਹਿੰਦਰਾ, ਮਹਿੰਦਰਾ ਜੀ ਕਰਕੇ। ਠੀਕ ਹੈ, ਮਿਲ ਗਿਆ, ਮਲੋਟ ਤੋਂ ਮਿਲਿਆ ਨਹੀਂ ਮੈਸੀ। ਹੁਣ ਇਹ ਟਰੈਕਟਰ ਤੁਹਾਨੂੰ ਤਿਆਰ ਕਰਾ ਕੇ ਪੂਰੀ ਸੰਤੁਸ਼ਟੀ ਹੈਗੀ ਆ? ਪੂਰੀ, ਬਹੁਤ ਵਧੀਆ। ਕਿੰਨਾ ਟਾਈਮ ਲੱਗ ਗਿਆ ਇਹਦੇ 'ਤੇ ਤਿਆਰ ਕਰਨ? 1 ਮਹੀਨਾ ਲੱਗ ਗਿਆ ਜੀ। 1 ਮਹੀਨਾ? ਹਾਂਜੀ। ਅਤੇ ਟੋਟਲ ਹੁਣ ਤੱਕ ਜਿਹੜਾ ਇਹਦੇ 'ਤੇ ਇਕੱਲਾ ਜਿਹੜਾ ਆਪਾਂ ਕਹਿ ਦਈਏ ਵੀ ਲੇਬਰ ਖਰਚਾ ਆਇਆ ਹੈਗਾ, ਸਮਾਨ ਦਾ ਖਰਚਾ, ਉਹ ਕਿੰਨਾ ਕੁ ਆਇਆ ਜੀ? ਐਂ ਤਾਂ ਨਹੀਂ ਕੁਛ ਕਹਿ ਸਕਦੇ ਵੀ ਸਾਨੂੰ 1,20,000 1.25 ਲੱਖ ਦਾ ਸਮਾਨ ਸੀਗਾ। ਅੱਛਾ, ਬਾਕੀ ਤਾਂ ਸਾਰਾ ਨਿੱਕੇ ਮੋਟੇ ਦੇ ਉਹ ਡੀਜ਼ਲ ਅਤੇ ਲੇਬਰ ਇਹੀ ਕੁਛ ਪਈ ਗਿਆ। ਮਤਲਬ 1,75,75 ਉੱਤੇ ਲੱਗ ਗਿਆ 1 ਲੱਖ ਰੁਪਈਏ ਦਾ ਤੁਸੀਂ ਲਿਆ ਸੀ ਇਹ? ਹਾਂਜੀ ਹਾਂਜੀ। ਠੀਕ ਆ, ਅਤੇ ਹੁਣ ਜੀ ਇਸ ਟਰੈਕਟਰ 'ਤੇ ਆ ਜਾਂਦੇ ਆਪਾਂ। ਇਹ ਕਿਹੜਾ ਟਰੈਕਟਰ ਹੈ ਜੀ? ਇਹ 245 MHP 50 HP ਪਲੰਟਰੀ। ਠੀਕ ਹੈ ਜੀ, ਇਹਨੂੰ ਅਸੀਂ ਮੋਡੀਫਿਕੇਸ਼ਨ ਕਰਕੇ 60 HP ਕੀਤਾ ਜੀ। 60 HP ਇਹਨੂੰ ਕਰਤਾ? ਹਾਂਜੀ। 45 ਦਾ ਇਹ ਮੈਸੀ ਆ? ਹਾਂਜੀ, 250 HP ਵੈਸੇ। 50? ਹਾਂਜੀ। ਠੀਕ ਹੈ, ਇਹਦੇ ਵਿੱਚ ਕੀ ਮੋਡੀਫਿਕੇਸ਼ਨ ਕੀਤੀ? ਮੁੰਡੇ ਨੇ ਮਨਜੀਤ ਸਿੰਘ ਨੇ ਟਰਬੋ ਲਾਇਆ ਅੱਜ। ਅੱਛਾ, ਟਰਬੋ ਲੱਗ ਗਈ ਜੀ। ਇੱਕ ਇੰਟਰਕੂਲਰ, ਇੰਟਰਕੂਲਰ ਦੇ ਨਾਲ ਆਇਲ ਕੂਲਰ ਅੰਦਰ ਲੱਗਾ ਜੀ। ਦੇਖੋ ਹਵਾ ਠੰਡੀ ਵਾਸਤੇ ਆਇਲ ਕੂਲਰ, ਤੇਲ ਠੰਡਾ ਕਰਨ ਲਈ। ਖੋਲੋ ਮੜਾ ਜਾ ਵੀਰੇ ਆਪਾਂ। ਇਹ ਖੁੱਲਦਾ? ਆ ਖੋਲ ਲੱਗ, ਖੋਲ ਦੇ, ਖੁੱਲੀ ਹੋਈ ਆਇਲ ਕੂਲਰ। ਅੱਛਾ, ਇਹ ਦੋਸਤੋ ਦੇਖਣ ਵਾਲੀਆਂ ਚੀਜ਼ਾਂ ਨੇ ਜਿਹੜੀਆਂ ਬਾਈ ਨੇ। ਇੱਕ ਆਪਣਾ ਇਹਦੀ ਆਪਣੀ ABC ਗੇਅਰ ਕਰਾਇਆ ਜੀ। ਠੀਕ ਹੈ, ਜਿਹੜਾ ਆਪਾਂ ਇੰਟਰਕੂਲਰ ਲਾਉਣੇ ਆ ਜੀ, ਹੈਨਾ, ਤੇ ਇਹਦਾ ਕੀ ਆਪਣੇ ਟਰੈਕਟਰ ਨੂੰ ਕੀ ਬੈਨੀਫਿਟ ਰਹਿੰਦਾ? ਟੈਂਪਰੇਚਰ ਘੱਟ ਰਹਿੰਦਾ ਜੀ ਇਹਦਾ, ਟੂੜੀ ਵਾਲੀ ਮਸ਼ੀਨ ਚਲਾਉਣ ਵਾਸਤੇ ਲੰਮਾ ਸਮਾਂ ਚਲਾਉਣੇ ਜਿਹਦਾ ਆਪਾਂ ਕੋਈ ਵੀ ਉਦੋਂ ਬਿਹਤਰ ਰਹਿੰਦਾ ਹੈ। ਅੱਛਾ, ਫਿਰ ABC ਗੇਅਰ ਕਰਾਇਆ ਜਿਵੇਂ ਸੁਪਰ ਸੀਟਰ ਵਗੈਰਾ ਵਾਸਤੇ। ਠੀਕ ਹੈ ਜੀ, ਤੇ ਇੱਕ ਲਿਫਟ ਦੀ ਕਪੈਸਿਟੀ ਵਧਾਈ ਹੈ ਇਹਦੀ, 18 ਕੁਇੰਟਲ ਹੁੰਦੀ ਹੈ, 24 ਕੀਤੀ ਅਸੀਂ। ਅੱਛਾ, 24 ਕੁਇੰਟਲ ਕਰਤੀ? ਹਾਂਜੀ, ਸਲੀਪ ਬਦਲ ਕੇ 26-35 ਦੀ ਲਾ ਸਲੀਪ ਵਗੈਰਾ ਲਾ ਕੇ ਦੇ। ਹੁਣ ਦਾਬਦਾ ਨਹੀਂ ਹੈਗਾ ਜਮਾ? ਹਾਂ ਨਵਾਂ ਜਮਾ ਹੀ, ਆ ਦੇਖੋ ਆ ਮਾੜਾ ਜਿਹਾ ਦਿਖਾਇਓ ਇੰਟਰਕੂਲਰ ਇਧਰੋਂ ਵੀਰੇ, ਤੇ ਆਇਲ ਕੂਲਰ ਦੋਵੇਂ ਲੱਗੇ ਥੱਲੇ। ਹਾਂ, ਇੰਟਰਕੂਲਰ ਤੇ ਆਇਲ ਕੂਲਰ ਹੀ? ਆਇਲ ਕੂਲਰ, ਆ ਦੇਖਣ ਵਾਲੀ ਚੀਜ਼ ਆ ਦੋਸਤੋ। ਅੱਜ ਕੱਲ੍ਹ ਜਿਹੜੇ ਟਰੈਕਟਰ ਨਵੇਂ ਆ ਰਹੇ ਨੇ, ਬਾਈਆਂ ਨੇ ਜਮਾ ਨਵਾਂ ਟਰੈਕਟਰ ਲੈ ਕੇ ਇਹਦੀ ਮੋਡੀਫਿਕੇਸ਼ਨ ਕੀਤੀ ਆ? ਨਵਾਂ ਲੈ ਕੇ ਕੀਤੀ ਹੈ। ਹਾਂਜੀ, ਤੇ ਇੱਕ ਆਹ ਟਰੈਕਟਰ ਜੀ 290, ਹਾਂਜੀ,
ਇਹ ਫਿਰ ਆਪਣੇ ਪੰਜਾਬ 'ਚ ਤਾਂ ਮੈਨੂੰ ਲੱਗਦਾ ਬਹੁਤ ਘੱਟ ਨੇ, ਚਾਰ ਪੰਜ ਟਰੈਕਟਰੀ ਹੈ, ਚਾਰ ਕੀ ਦੋ, ਇੱਕ ਦੋ ਪਟਿਆਲੇ ਆ, ਇੱਕ ਦੋ ਕੁ ਇੱਥੇ ਹੋਰ ਆਪਣੇ ਏਰੀਏ 'ਚ ਬਸ। ਅੱਛਾ, ਇਹ ਇਹਦਾ ਫਿਰ ਕੰਮ ਜਿਹੜਾ ਉਹ ਟਰੈਕਟਰ ਤੁਸੀਂ ਤਿਆਰ ਕਰਵਾਏ ਨੇ ਆਹ, ਇਹ ਉਹਨਾਂ ਕੰਮ ਹੀ ਦਿੰਦਾ? ਕੰਮ ਤਾਂ ਉਹਨਾਂ ਦਾ ਪਰ ਬਾਹਲਾ ਵੱਡਾ ਕਰਕੇ, ਜਿਵੇਂ ਮਾੜੇ ਰਸਤੇ 'ਚ ਨਹੀਂ ਮੁੜਦਾ, ਥੋੜ੍ਹੇ ਜਿਹੇ ਕਿਆਰੇ ਪੱਠੇ ਵੀ ਜਿਹਨੇ ਪਰੇਸ਼ਾਨੀ ਆਉਂਦੀ, ਤਾਂ ਅਸੀਂ ਉਹ ਛੋਟਾ ਤਿਆਰ ਕੀਤਾ ਵੀ। ਅੱਛਾ, ਪਾਵਰ ਇੰਨੀ ਉਹਦੀ ਵੀ, ਉਧਰ ਨੂੰ ਲਿਫਟ ਦਿਖਾਇਆ ਉਹਦੀ ਮਾੜੀ ਮੋਟੀ ਵੀ, ਇਹਦੀ ਲਿਫਟ ਇੱਕ ਕਾਮਯਾਬ ਬਹੁਤ ਹੁੰਦੀ ਹੈ ਨਾ? ਹਾਂ, ਮੈਂ ਸਾਰਾ ਸੇਮ ਹੀ ਲਿਫਟ ਹੈ ਇਹਨਾਂ ਦੀ। ਹਾਂਜੀ ਹਾਂਜੀ, ਤੇ ਇਹਦੇ 'ਚ ਕੋਈ ਮੋਡੀਫਿਕੇਸ਼ਨ ਤਾਂ ਨਹੀਂ ਕਰੀ? ਕੁਛ ਨਹੀਂ ਕੀਤਾ, ਅਸੀਂ ਲੈ ਕੇ ਬਸ ਦਿੱਲੀਓਂ ਤਿਆਰ ਕਰਾਇਆ। ਅੱਛਾ, ਦਿੱਲੀਓਂ ਲਿਆਂਦਾ ਇਹ? ਹਾਂਜੀ, ਆਰਐਨਡੀ ਵਾਲਾ ਨਾ ਟਰੈਕਟਰ, ਨਵੇਂ ਤਾਂ ਇੰਡੀਆ 'ਚ ਲਾਂਚ ਨਹੀਂ ਆਏ। ਹਾਂਜੀ, ਇਹ ਫਿਰ ਤੁਸੀਂ ਇੱਥੇ ਲਿਆ ਕੇ ਆ ਜਿਹੜਾ ਕਲਰ ਵਗੈਰਾ? ਇਹ ਸਾਰੇ ਇੱਥੇ ਤਿਆਰ ਕਰਵਾਇਆ ਲਿਆ ਕੇ ਮਲੋਟ 'ਚ। ਅੱਛਾ, ਮਲੋਟ ਤੋਂ ਤਿਆਰ ਕਰਵਾਇਆ ਦੋਸਤੋ, ਜਮਾਂ ਨਵਾਂ ਬਣਵਾਤਾ ਪਾਈਆਂ ਨੇ ਹੈ ਨਾ, ਅਤੇ ਜਿਹੜੀ ਹੈਗੀ ਤੀ ਚੀਜ਼ ਸਾਰੀ ਰੀਜਨਲ ਨਾਲ ਦੀ ਹੋਈ ਹੈ ਜੀ? ਨਾਲ ਦੀ, ਨਾਲ ਦੀ ਸਰ। ਠੀਕ ਹੈ, ਇਹ ਕੀ ਕੀ ਰੇਂਜ 'ਚ ਪੈ ਗਿਆ ਸੀ ਉਦੋਂ ਜੀ? ਇਹ ਸਾਨੂੰ ਪੈ ਗਿਆ ਜੀ 5.5 ਲੱਖ ਰੁਪਏ। 5.5 ਲੱਖ ਰੁਪਏ ਦੇ ਵਿੱਚ ਤਿਆਰ ਕਰਾ ਕੇ? ਹਾਂਜੀ ਹਾਂਜੀ। ਠੀਕ ਆ, ਅਤੇ ਉਹ ਟਰੈਕਟਰ ਜਿਵੇਂ ਆਪਾਂ ਕਹਿ ਦਈਏ ਵੀ ਜਿਹੜਾ ਇਹਨਾਂ ਨੇ ਬਾਈਆਂ ਨੇ ਤਿਆਰ ਕੀਤਾ, ਘੱਟੋ ਘੱਟ 10 ਤੋਂ 12 ਲੱਖ ਰੁਪਈਆ ਇਹ ਟਰੈਕਟਰ ਦਾ ਕੰਮ ਉਹ ਦਿੰਦਾ ਜੀ, ਅਤੇ ਆਹ ਵੀਰਾਂ ਨੇ, ਮਿਸਤਰੀ ਵੀਰ ਨੇ ਆਪਣੇ ਨਾਲ ਹੀ ਨੇ। ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਇਹਨਾਂ ਵੀਰਾਂ ਨੇ ਤਿਆਰ ਕੀਤਾ ਦੋਸਤੋ, ਇਸੇ ਵੀਰ ਨੇ ਇਸੇ ਘਰ ਦੇ ਵਿੱਚ ਰਹਿ ਕੇ ਇਹ ਤਿਆਰ ਕੀਤਾ, ਅਤੇ ਬਾਈ ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਨਾਮ ਦੱਸੋ ਜੀ। ਮਨਜੀਤ ਸਿੰਘ ਜੀ। ਮਨਜੀਤ ਸਿੰਘ ਦੋਸਤੋ, ਵੀਰ ਦਾ ਨਾਮ ਮਨਜੀਤ ਸਿੰਘ ਹੈ, ਅਤੇ ਨੰਬਰ ਵੀਰੇ ਆਪਣਾ 9876631303। 9876631303 ਬਾਈਆਂ ਦਾ ਨੰਬਰ ਆ, ਅਤੇ ਬਾਈ ਵਰਕਸ਼ਾਪ ਆਪਣੀ ਇਸੇ ਪਿੰਡ ਦੇ ਵਿੱਚ ਆ ਦੋਸਤੋ, ਪਿੰਡ ਭਲੇਰੀਆਂ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ, ਮਲੋਟ ਦੇ ਜਮ੍ਹਾਂ ਨਜ਼ਦੀਕ ਆ, ਅਤੇ ਬਾਈਆਂ ਦੀ ਵਰਕਸ਼ਾਪ ਵੀ ਇੱਥੇ ਆ, ਅਤੇ ਜੇ ਕਿਸੇ ਵੀਰ ਨੇ ਬਾਈ ਕੰਮ ਕਰਵਾਉਣਾ ਹੋਵੇ ਤੇ ਕਰਕੇ ਦੇਵਾਂਗੇ ਜੀ। ਅੱਛਾ, ਤੇ ਤਸੱਲੀ ਬਖਸ਼ ਪੂਰਾ ਪੂਰਾ ਗਰੰਟੀ ਸ਼ੁਦਾ ਦੇਵਾਂਗੇ ਜੀ। ਅੱਛਾ, ਤੇ ਰੇਟ ਫਿਰ ਹੈ ਜੀ? ਰੇਟ, ਲੇਬਰ ਰੇਟ ਫਿਰ? ਰੇਅਰ ਰੇਟ ਤਾਂ ਜੀ, ਜੇ ਜਿਹਾ ਟਰੈਕਟਰ ਤਿਆਰ ਕਰਾਊਗਾ ਅਗਲਾ, ਉਹ ਜੇ ਫਿਰ ਲਵਾਂਗੇ। ਮਤਲਬ ਜਿਵੇਂ ਹੁਣ ਆਪ ਅਗਲੇ ਕਹਿੰਦੇ ਨੇ ਆਪਾਂ 10 ਲੱਖ ਲੈ ਲਿਆ, 15 ਲੈ ਲਿਆ, ਧੱਕਾ ਤਾਂ ਨਹੀਂ? ਇੰਨਾ ਨਹੀਂ ਜੀ, ਇੰਨਾ ਨਹੀਂ ਦੋਸਤੋ। ਬਾਈ ਦਾ ਸੁਭਾਅ ਹੈ ਜਿਹੜਾ ਬਹੁਤ ਹੀ ਨਰਮ ਹੈ ਨਾ, ਅਤੇ ਸਹਿਜ ਮਤੇ ਵਾਲਾ ਸੁਭਾਅ ਹੈ, ਅਤੇ ਟਰੈਕਟਰ ਦੇ ਜਿਹੜੇ ਰੇਟ ਨੇਗੇ ਉਹ ਵੀ ਤੁਹਾਨੂੰ ਜਿਵੇਂ ਤੁਸੀਂ ਜਿਹੜੀ ਜਿਹੜੀ ਚੀਜ਼ ਲਵਾਉਣੀ ਹੈ ਉਸ ਦੇ ਹਿਸਾਬ ਨਾਲ ਬਾਈ ਕਹਿੰਦਾ ਵੀ ਕੰਟਰੋਲ ਰੇਟ 'ਤੇ ਹੈ ਨਾ ਟਰੈਕਟਰ ਤਿਆਰ ਕਰਾ ਸਕਦੇ ਹੋ, ਅਤੇ ਬਾਕੀ ਆਪਾਂ ਤੁਹਾਨੂੰ ਇਹ ਟਰੈਕਟਰ ਚੱਲਦੇ ਵੀ ਦਿਖਾਵਾਂਗੇ ਵੀ ਕਿਹੜੇ ਲੋਡ 'ਤੇ ਚੱਲਦੇ ਨੇ ਜਿਹੜੇ ਬਾਈਆਂ ਨੇ ਤਿਆਰ ਕਰਵਾਏ ਨੇ, ਅਤੇ ਆ ਜਾਓ ਆਪਾਂ ਉੱਧਰ ਦੇਖਦੇ ਹਾਂ। ਬਾਕੀ ਵੀਡੀਓ ਨੂੰ ਦੋਸਤੋ ਸ਼ੇਅਰ ਕਰ ਦਿਓ ਦੱਬ ਕੇ। ਦੋਸਤੋ ਦੂਜੇ ਗੇਅਰ ਦੇ ਵਿੱਚ ਚੱਲ ਰਿਹਾ ਟਰੈਕਟਰ, ਕਿਆ ਗੱਲ ਹੈ ਯਾਰ, ਕਿਆ ਬਾਤ ਆ ਬਾਈ, 10-12 ਲੱਖ ਵਾਲੇ ਟਰੈਕਟਰ ਨੂੰ ਮਾਰ ਪਾਉਂਦਾ ਟਰੈਕਟਰ। ਟਾਪ ਲਓ, ਟਾਪ ਲਓ ਉਹਦੇ 'ਚ। ਦਬਣ ਦਿਨੋਂ ਦਬਾਉਣ ਵਾਲਾ ਤਾਂ ਕੰਮ ਹੀ ਨਹੀਂ ਕੋਈ। ਦੇਖੋ ਦੋਸਤੋ, ਹਜੇ ਟਾਇਰ ਛੋਟੇ ਨੇ, ਜੇ ਥੋੜ੍ਹੇ ਜਿਹੇ ਵੱਡੇ ਹੁੰਦੇ 16 ਦੇ ਬਾਈ ਕਹਿੰਦੇ ਪਵਾਉਣੇ ਆ, ਫਿਰ ਗੱਲ ਹੋਰ ਹੋਣੀ ਆ। ਟਰੈਕਟਰ ਲੈਤਾ ਜੀ, ਇਹ 1 ਲੱਖ ਰੁਪਏ ਵਾਲਾ ਕਬਾੜ ਚੋਂ ਲੈਤਾ ਹੋਇਆ ਟਰੈਕਟਰ ਹੈ। ਦੇਖੋ ਧੂੜਾ ਪੱਟੀ ਰਹਿ ਜਾਂਦਾ ਧੂੜਾ, ਕਿਆ ਗੱਲ ਹੈ। ਦੋਸਤੋ ਇਹ ਉਹ ਟਰੈਕਟਰ ਹੈ ਜਿਹੜਾ ਮੈਸੀ ਬਾਈਆਂ ਨੇ ਤਿਆਰ ਕਰਵਾਇਆ ਹੋਇਆ ਨਵਾਂ ਲੈ ਕੇ ABC ਗੇਰਾਂ ਦੇ ਵਿੱਚ, ਉਹ ਤੁਸੀਂ ਦੇਖ ਸਕਦੇ ਹੋ, ਤੇ ਕਿਆ ਗੱਲ ਹੈ ਯਾਰ। ਆਹ ਦੇਖ ਅਮਰੀਕਾ ਰੂਮ ਬਣਾਉਂਦਾ ਜਾਂਦਾ ਨਾ ਵਹਣ ਦੀ ਪੂਰੀ, ਦੇਖਣ ਵਾਲੀ ਚੀਜ਼ ਆ ਦੋਸਤੋ। ਗੇਅਰ ਚੇਂਜ ਕਰੀ ਗੇਅਰ ਬਾਈ, ਗੇਅਰ ਚੇਂਜ ਕਰੀ ਗੇਅਰ, ਦੂਜੇ ਲੋਜ ਆ। ਦਬਣ ਦਬਾਉਣ ਵਾਲਾ ਦੋਸਤੋ ਕੰਮ ਨਹੀਂ ਹੈਗਾ ਟਰੈਕਟਰ ਦਾ ਕੋਈ। ਆਹ ਦੇਖੋ ਦੋਸਤੋ, ਬਾਈ ਖੜੇ ਨੇ ਹਨਾ ਟਰੈਕਟਰਾਂ ਦਾ ਟ੍ਰਾਇਲ ਦੇਖ ਰਹੇ ਨੇ ਜਿਹੜਾ ਬਾਈਆਂ ਨੇ ਤਿਆਰ ਕਰਵਾਇਆ ਸੀ।
ਇਹ ਦੋਸਤੋ ਟਾਇਰ ਹਜੇ ਤੇ ਛੋਟੇ ਨੇਗੇ 16 ਦੇ ਟਾਇਰ ਪਾਉਣੇ ਆ ਬਾਈ ਕਹਿੰਦੇ ਤੇ ਬਾਕੀ ਜਾਣ ਅੰਨੀ ਆ मार बहुत चंगी तरह पा रहा है ट्रैक्टर कमेंटा च दस दो ठीक है जी भी सानू तो बहुत वधिया लग्या